ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੇ ਠੀਕ ਠਾਕ ਹੋ? ਆਪਾਂ ਵੀ ਦੋਵੇਂ ਜਣੇ ਵਧੀਆ ਵਾਂ। ਆਪਾਂ ਤੇ ਬਹੁਤ ਵਧੀਆ। ਤੇ ਪੁੱਛਣਾ ਮਤਲਬ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਿ ਜਿਹੜੀ ਰੱਖੜੀ ਵਾਲੀ ਵੀਡੀਓ ਬਣੀ ਸੀ ਜੋਤ ਦੀ, ਉੱਤੇ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਆ। ਬਹੁਤ ਸੋਹਣੇ, ਮੈਂ ਬਹੁਤ ਖੁਸ਼ ਹਾਂ, ਸਾਰੇ ਪੋਜ਼ਿਟਿਵ ਆ। ਮੈਨੂੰ ਆਪ ਵੀ ਇਹ ਬੜੀ ਟੈਨਸ਼ਨ ਸੀ ਕਿ ਮਤਲਬ ਕਿੱਦਾਂ ਦਾ ਰੋਲ ਲੱਗੇਗਾ ਇਹਨਾਂ ਨੂੰ, ਹੈ ਨਾ, ਜਾਂ ਮਤਲਬ ਸਾਰਿਆਂ ਨੂੰ ਪਸੰਦ ਆਊਗਾ ਜਾਂ ਨਹੀਂ। ਬਟ ਚਲੋ ਐਨੀ ਹੋ, ਸਾਰਿਆਂ ਨੂੰ ਬੜਾ ਵਧੀਆ ਲੱਗਾ ਆ ਤੇ ਉਮੀਦ ਹੋਣੀ ਹੋਈ ਆ। ਹਾਂਜੀ, ਬਾਕੀ ਦੋ ਕਮੈਂਟ ਇਦਾਂ ਦੇ ਆਏ ਸੀ, ਮਤਲਬ ਉਹਨਾਂ ਨੂੰ ਮੇਰੀ ਫਿਕਰ ਸੀਗੀ, ਸ਼ਾਇਦ ਤਾਂ ਹੀ ਆਏ। ਕਹਿੰਦੇ ਕਿ ਬੋਡੀ ਦਾ ਚੂੜਾ ਲਵਾਤਾ ਆ, ਇੰਨੀ ਜਲਦੀ ਚੂੜਾ ਫਿਰ ਪਾ ਲਿਆ ਵਾ। ਫਿਰ ਪਾ ਲਿਆ ਚੂੜੇ ਦਾ ਇਹ ਨਾ, ਵੇਖੋ ਹੁਣ ਜਿੱਦਾਂ ਇਹ ਵੀ ਸਾਡਾ ਇੱਕ ਕੰਮ ਹੀ ਆ, ਹੈ ਨਾ, ਜਿੱਦਾਂ ਅਸੀਂ ਯੂਟਿਊਬ 'ਤੇ ਵੀਡੀਓ ਬਣਾਉਂਦੇ ਹਾਂ ਜਾਂ ਹੈ ਨਾ ਜਿੱਦਾਂ ਕੰਮ ਆਪਣਾ ਕਰਦੇ ਹਾਂ, ਅਤੇ ਸਾਡੇ ਵਾਸਤੇ ਜੋਬ ਹੀ ਆ ਇੱਕ ਤਰ੍ਹਾਂ ਦੀ। ਅਤੇ ਹੁਣ ਮੰਨ ਲਓ ਜੇ ਅਸੀਂ ਆਪਣੇ ਕੰਮ ਨੂੰ ਪਿੱਛੇ ਪਾ ਕੇ ਹੈ ਨਾ ਬਾਕੀ ਚੀਜ਼ਾਂ ਦੇਖਾਂਗੇ, ਅਤੇ ਮੈਨੂੰ ਲੱਗਦਾ ਉਹ ਫਿਰ ਸਹੀ ਨਹੀਂ ਹੋਏਗਾ ਸਾਡੇ ਕੰਮ ਦੇ ਨਾਲ। ਵਧੀਆ ਲੱਗਾ, ਏਦਾਂ ਹੀ ਹੁਣ ਅੱਗੇ ਅਸੀਂ ਵੀਡੀਓ ਬਣਾਉਂਦੇ ਰਹਾਂਗੇ ਵਧੀਆ ਵਧੀਆ, ਤੇ ਸਾਰੇ ਜਣੇ ਜ਼ਰੂਰ ਏਦਾਂ ਹੀ ਜੁੜੇ ਰਹੋ ਸਾਡੇ ਨਾਲ। ਤੇ ਅੱਗੇ ਹੁਣ ਗੁੰਗੀ ਵਾਲੀ ਬਣਾਉਣੀ ਹੈ ਨਾ। ਹੁਣ ਇਹ ਆ ਵੀ ਪਹਿਲਾਂ ਮੈਨੂੰ ਟੈਨਸ਼ਨ ਸੀ ਥੋੜ੍ਹੀ ਜਿਹੀ ਵੀ ਕੰਮ ਮਤਲਬ ਕਿੱਦਾਂ ਪਸੰਦ ਆਏਗਾ ਕਿ ਨਹੀਂ ਸਾਰਿਆਂ ਨੂੰ, ਜਾਂ ਵਧੀਆ ਕਰ ਲੈਣਗੇ, ਬਟ ਇਹ ਆ ਕਿ ਕੰਮ ਵਧੀਆ ਕਰ ਲਿਆ ਵਾ ਇਹਨਾਂ ਨੇ, ਤੇ ਹੁਣ ਇੰਨੀ ਕੁ ਟੈਨਸ਼ਨ ਮੇਰੀ ਲੱਥ ਗਈ ਆ ਕਿ ਅੱਗੇ ਵੀ ਜਿਹੜਾ ਕੰਮ ਹੈ ਨਾ। ਸਾਰੇ ਜਣੇ ਕਹਿੰਦੇ ਆ ਕਿ ਮਤਲਬ ਭਾਬੀ ਦੇ ਜਾਂ ਦੀਦੀ ਦੇ ਬਲੂਪਰ ਨਹੀਂ ਪਾਉਂਦੇ, ਤੇ ਇਹ ਤੁਹਾਨੂੰ ਗੁੰਗੀ ਵਾਲੀ ਵੀਡੀਓ 'ਚ ਮਿਲਣਗੇ, ਕਿਉਂਕਿ ਉਹ 'ਚ ਮੈਂ ਗੁੰਗੀ ਰਹਿਣਾ ਵਾ, ਪਰ ਮੈਂ ਗੁੰਗੀ ਨਹੀਂ ਰਹਿ ਸਕਦੀ। ਨਹੀਂ, ਗੁੰਗੀਆਂ ਦੇ ਮਤਲਬ ਬਲੂਪਰ ਸਾਰੇ ਪਾਇਆ ਕਰਾਂਗੇ ਜ਼ਰੂਰ, ਅਤੇ ਵੀਡੀਓ 'ਤੇ ਚਲੋ ਉੱਦਾਂ ਹੀ ਲੜੀਵਾਰ ਪੈਣੀਆਂ ਹੀ ਨੇ। ਜਿੱਦਾਂ ਅਸੀਂ ਪਹਿਲਾਂ ਸੋਚਿਆ ਸੀਗਾ ਕਿ ਲਗਾਤਾਰ ਜਿਹੜੀਆਂ ਵੀਡੀਓ ਪਾਇਆ ਕਰੀਏ, ਬਟ ਕਾਫੀ ਲੋਕਾਂ ਨੇ ਸਾਨੂੰ ਇਹ ਸੁਜੈਸਟ ਕੀਤਾ ਸੀ ਕਿ ਜਿੱਦਾਂ ਲਗਾਤਾਰ ਵੀਡੀਓ, ਕਈ ਹੁਣ ਲੋਕ ਆਦਤ ਬਣੀ ਆ ਉੱਦਾਂ ਹੈ ਨਾ ਦੇਖਣ ਦੀ, ਅਤੇ ਉਹਨਾਂ ਕੋਲ ਟਾਈਮ ਨਹੀਂ ਐਡਜਸਟ ਹੁੰਦਾ। ਨਾਲੇ ਕਿਹੜਾ ਇੱਕ ਹੀ ਚੈਨਲ ਦੇਖਣਾ ਹੁੰਦਾ ਆ, ਹੋਰ ਵੀ ਵੀਡੀਓਸ ਹੁੰਦੀਆਂ। ਇੱਕ ਦਿਨ ਹੁਣ ਨਤ ਟੀਵੀ ਦੀ ਪੈਂਦੀ ਆ, ਇੱਕ ਦਿਨ ਨਤ ਟੀਵੀ ਅਨਮੋਲ ਦੀ ਪੈਂਦੀ ਆ, ਇਹ ਆ ਵੀ ਤੁਸੀਂ ਦੋਨੋਂ ਵੀਡੀਓ ਇੱਕ ਇੱਕ ਦਿਨ ਦੇਖਦੇ। ਨਾਲੇ ਫਿਰ ਇਦਾਂ ਹੋ ਜਾਂਦਾ ਨਾ ਕਿ ਇਹ ਵੇਲੇ ਕਿਸੇ ਨੂੰ ਕੋਈ ਕੰਮ ਹੁੰਦਾ ਵਾ, ਜਦੋਂ ਪਿਛਲੀ ਵੀਡੀਓ ਮਿਸ ਹੋ ਜਾਏ ਨਾ, ਫਿਰ ਅਗਲੀ ਵੀ ਨਹੀਂ ਵੇਖਣ ਨੂੰ ਜੀ ਕਰਦਾ ਕਿ ਪਿੱਛੇ ਕੀ ਹੋਇਆ ਹੋਊਗਾ। ਇਸ ਕਰਕੇ ਅਸੀਂ ਉਸੇ ਰੂਟੀਨ ਨਾਲ ਪਾਇਆ ਕਰਾਂਗੇ, ਤੇ ਬਸ ਤੁਸੀਂ ਦੱਸਿਓ ਕਿ ਕਿੱਦਾਂ ਦੀ ਲੱਗੀ। ਜੇ ਮਤਲਬ ਕੁਝ ਗਲਤ ਵੀ ਹੁੰਦਾ ਵਾ ਮੈਨੂੰ ਕਮੈਂਟ ਕਰਕੇ ਦੱਸੋ, ਪਰ ਪੋਜ਼ਿਟਿਵ ਤਰੀਕੇ ਨਾਲ ਜਿਵੇਂ ਤੁਸੀਂ ਕਰਦੇ ਹੁੰਦੇ ਹੋ। ਤੇ ਰੱਖੜੀ ਵਾਲੀ ਵੀਡੀਓ ਪਹਿਲਾ ਭਾਗ ਪੈ ਗਿਆ ਸੀਗਾ ਪਰਸੋਂ ਦਾ, ਤੇ ਅੱਜ ਪੈਣਾ ਹੈ ਦੂਜਾ ਭਾਗ, ਉਹ ਸਾਰੇ ਜਿਹੜੇ ਜ਼ਰੂਰ ਦੇਖਿਓ ਤੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ। ਤੇ ਠੀਕ ਹੈ ਜੀ, ਫਿਰ ਇਹਨਾਂ ਫਿਰ ਅੱਜ ਮੈਨੂੰ ਸ਼ਿਕਾਰ ਲੈ ਕੇ ਜਾਣਾ ਵਾ। ਪਰਸੋਂ ਚੌਥ ਪਿੰਡ ਨੂੰ ਆਏ ਨਹੀਂ, ਪਿੰਡ ਹੋ ਸਕਦਾ ਅੱਜ ਆਪਾਂ ਜਾਈਏ, ਅਤੇ ਬਾਕੀ ਵੇਖਦੇ ਹਾਂ ਹਿਸਾਬ ਤਾਂ ਲਾ ਕੇ। ਅਤੇ ਠੀਕ ਆ ਜੀ, ਹੁਣ ਮੈਂ ਚੱਲਿਆ ਗੱਡੀ ਸਰਵਿਸ ਕਰਾਉਣ, ਅਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ। ਜਿਨ੍ਹਾਂ ਨੇ ਕੱਪੜੇ ਨਹੀਂ ਧੋਏ। ਹੁਣ ਦੱਸੋ ਚੱਲੇ ਕਿਆ ਖਲੋਤੇ ਜੇ, ਅੱਗੇ ਲੜਦਾ ਮੈਂ ਤੇਰੇ ਨਾਲ, ਟਿੱਡਿਆ ਜਾ ਤੇਰੇ ਨਾਲ ਕਿੱਥੋਂ ਲੜਦਾ ਵਾ, ਮੰਮਾ ਮੇਰੇ ਨਾਲ ਲੜਦੇ ਆ, ਇਹਦੇ ਨਾਲ ਮੈਂ ਕਿੱਥੋਂ ਲੜਿਆ। ਤੂੰ ਪਹਿਲਾਂ ਮੈਨੂੰ ਇਹ ਦੱਸ, ਤੂੰ ਮੇਰੀ ਟੀਮ 'ਚ ਕਿ ਮਾਮੀ ਦੀ ਟੀਮ 'ਚ? ਦੇਖਦਾ ਧੋਖਾ ਫਿਰ ਮੈਨੂੰ, ਕੋਈ ਗੱਲ ਨਹੀਂ ਵੀਰ, ਜਿਹੜਾ ਸ਼ੇਰ ਹੁੰਦਾ ਨਾ, ਬਾਕੀ ਸਾਰਿਆਂ ਤੋਂ ਭਰੂ ਹੁੰਦਾ, ਠੀਕ ਹੈ ਨਾ। ਆਹ ਵੇਖ ਲਓ ਸ਼ੇਰ, ਇੱਕ ਸ਼ੇਰ ਤੇ ਚੱਲਿਆ ਵਾ, ਤੇ ਦੂਜਾ ਇੱਕ ਸ਼ੇਰ ਤੇ ਚੱਲਿਆ, ਤੇ ਦੂਜਾ ਰਹਿ ਗਿਆ ਇਕੱਲਾ ਹੁਣ। ਇੱਧਰ ਗੱਲ ਸੁਣ, ਕੀ ਗੱਲ ਵਾ, ਚੱਲ ਚੰਗਾ ਫਿਰ ਡੈਡੀ ਆ ਗਏ। ਲੜਦਾ ਮੁੰਡਾ ਆਹੋ, ਡੈਡੀ ਆ ਗਏ, ਕੀ ਚੱਲ ਚੰਗਾ ਫਿਰ ਮੈਂ ਕਰਾਵਾਂ ਸਰਵਿਸ ਗੱਡੀ ਦੀ, ਚੱਲ ਚੰਗਾ ਫਿਰ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੇ ਠੀਕ ਠਾਕ ਹੋ? ਆਪਾਂ ਵੀ ਦੋਵੇਂ ਜਣੇ ਵਧੀਆ ਵਾਂ, ਆਪਾਂ ਤੇ ਬਹੁਤ ਵਧੀਆ। ਤੇ ਪੁੱਛਣਾ ਮਤਲਬ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਿ ਜਿਹੜੀ ਰੱਖੜੀ ਵਾਲੀ ਵੀਡੀਓ ਬਣੀ ਸੀ ਜੋਤ ਦੀ,
ਉਤੇ ਸਾਰੇ ਨੇ ਬਹੁਤ ਵਧੀਆ ਕਮੈਂਟ ਕੀਤੇ ਆ, ਬਹੁਤ ਸਾਣੇ, ਮੈਂ ਬਹੁਤ ਖੁਸ਼ ਆ, ਸਾਰੇ ਪੋਜ਼ਿਟਿਵ ਆ। ਮੈਨੂੰ ਆਪ ਵੀ ਇਹ ਬੜੀ ਟੈਨਸ਼ਨ ਸੀ ਕਿ ਮਤਲਬ ਕਿੱਦਾਂ ਦਾ ਰੋਲ ਲੱਗੇਗਾ ਇਹਨਾਂ ਨੂੰ, ਹਨਾ, ਜਾਂ ਮਤਲਬ ਸਾਰਿਆਂ ਨੂੰ ਪਸੰਦ ਆਊਗਾ ਜਾਂ ਨਹੀਂ, ਬਟ ਚਲੋ ਐਨੀ ਹੋ ਸਾਰਿਆਂ ਨੂੰ ਬੜਾ ਵਧੀਆ ਲੱਗਾ ਆ ਤੇ ਉਮੀਦ ਹੋਣੀ ਹੋਈ ਆ। ਹਾਂਜੀ, ਬਾਕੀ ਦੋ ਕਮੈਂਟ ਇਦਾਂ ਦੇ ਆਏ ਸੀ, ਮਤਲਬ ਉਹਨਾਂ ਨੂੰ ਮੇਰੀ ਫਿਕਰ ਸੀਗੀ ਸ਼ਾਇਦ ਤਾਂ ਹੀ ਆਈ, ਕਹਿੰਦੇ ਕਿ ਬੋਡੀ ਦਾ ਚੂੜਾ ਲਵਾਤਾ ਆ ਇੰਨੀ ਜਲਦੀ ਚੂੜਾ ਦੇਖੋ ਫੇਰ ਪਾ ਲਿਆ ਵਾ, ਫੇਰ ਪਾ ਲਿਆ ਚੂੜੇ ਦਾ। ਇਹ ਨਾ ਵੇਖੋ ਹੁਣ ਜਿੱਦਾਂ ਇਹ ਵੀ ਸਾਡਾ ਇੱਕ ਕੰਮ ਹੀ ਆ, ਹਨਾ, ਜਿੱਦਾਂ ਅਸੀਂ ਯੂਟਿਊਬ 'ਤੇ ਵੀਡੀਓ ਬਣਾਉਂਦੇ ਹਾਂ ਜਾਂ ਹਨਾ ਜਿੱਦਾਂ ਕੰਮ ਆਪਣਾ ਕਰਦੇ ਹਾਂ ਅਤੇ ਸਾਡੇ ਵਾਸਤੇ ਜੋਬ ਹੀ ਆ ਇੱਕ ਤਰ੍ਹਾਂ ਦੀ। ਅਤੇ ਹੁਣ ਮੰਨ ਲਓ ਜੇ ਅਸੀਂ ਆਪਣੇ ਕੰਮ ਨੂੰ ਪਿੱਛੇ ਪਾ ਕੇ ਹਨਾ ਬਾਕੀ ਚੀਜ਼ਾਂ ਦੇਖਾਂਗੇ ਤਾਂ ਮੈਨੂੰ ਲੱਗਦਾ ਉਹ ਫਿਰ ਸਹੀ ਨਹੀਂ ਹੋਏਗਾ ਸਾਡੇ ਕੰਮ ਦੇ ਨਾਲ। ਸਾਰੇ ਜਣੇ ਜਰੂਰ ਇੱਦਾਂ ਹੀ ਜੁੜੇ ਰਹੇ ਸਾਡੇ ਨਾਲ ਤੇ ਅੱਗੇ ਹੁਣ ਗੁੰਗੀ ਵਾਲੀ ਬਣਾਉਣੀ ਹੈ ਨਾ। ਹੁਣ ਇਹ ਆ ਵੀ ਪਹਿਲਾਂ ਮੈਨੂੰ ਟੈਨਸ਼ਨ ਹੀ ਥੋੜ੍ਹੀ ਜਿਹੀ ਵੀ ਕੰਮ ਮਤਲਬ ਕਿੱਦਾਂ ਪਸੰਦ ਆਏਗਾ ਕਿ ਨਹੀਂ ਸਾਰਿਆਂ ਨੂੰ, ਜਾਂ ਵਧੀਆ ਕਰ ਲੈਣਗੇ, ਬਟ ਇਹ ਆ ਕਿ ਕੰਮ ਵਧੀਆ ਕਰ ਲਿਆ ਵਾ ਇਹਨਾਂ ਨੇ ਤੇ ਹੁਣ ਇੰਨੀ ਕੁ ਟੈਨਸ਼ਨ ਮੇਰੀ ਲੱਥ ਗਈ ਆ ਕਿ ਅੱਗੇ ਵੀ ਜਿਹੜਾ ਕੰਮ ਹੈ ਨਾ। ਸਾਰੇ ਜਣੇ ਕਹਿੰਦੇ ਆ ਕਿ ਮਤਲਬ ਭਾਬੀ ਦੇ ਜਾਂ ਦੀਦੀ ਦੇ ਬਲੂਪਰ ਨਹੀਂ ਪਾਉਂਦੇ ਤੇ ਇਹ ਤੁਹਾਨੂੰ ਗੁੰਗੀ ਵਾਲੀ ਵੀਡੀਓ 'ਚ ਮਿਲਣਗੇ ਕਿਉਂਕਿ ਉਹ 'ਚ ਮੈਂ ਗੁੰਗੀ ਰਹਿਣਾ ਵਾ, ਪਰ ਮੈਂ ਗੁੰਗੀ ਨਹੀਂ ਰਹਿ ਸਕਦੀ। ਨਹੀਂ, ਗੁੰਗੀਆਂ ਦੇ ਮਤਲਬ ਬਲੂਪਰ ਸਾਰੇ ਪਾਇਆ ਕਰਾਂਗੇ ਜ਼ਰੂਰ ਅਤੇ ਵੀਡੀਓ 'ਤੇ ਚਲੋ ਉੱਦਾਂ ਹੀ ਲੜੀਵਾਰ ਪੈਣੀਆਂ ਹੀ ਨੇ। ਜਿੱਦਾਂ ਅਸੀਂ ਪਹਿਲਾਂ ਸੋਚਿਆ ਸੀਗਾ ਕਿ ਲਗਾਤਾਰ ਜਿਹੜੀਆਂ ਵੀਡੀਓ ਪਾਇਆ ਕਰੀਏ, ਬਟ ਕਾਫੀ ਲੋਕਾਂ ਨੇ ਸਾਨੂੰ ਇਹ ਸੁਜੈਸਟ ਕੀਤਾ ਸੀ ਕਿ ਜਿੱਦਾਂ ਲਗਾਤਾਰ ਵੀਡੀਓ, ਕਈ ਹੁਣ ਲੋਕ ਆਦਤ ਬਣੀ ਉੱਦਾਂ ਹੀ ਹੈ ਨਾ ਦੇਖਣ ਦੀ, ਤੇ ਉਹਨਾਂ ਕੋਲ ਟਾਈਮ ਨਹੀਂ ਐਡਜਸਟ ਹੁੰਦਾ। ਨਾਲੇ ਕਿਹੜਾ ਇੱਕ ਹੀ ਚੈਨਲ ਦੇਖਣਾ ਹੁੰਦਾ ਆ, ਹੋਰ ਵੀ ਵੀਡੀਓਜ਼ ਇੱਕ ਦਿਨ ਹੁਣ ਨਤ ਟੀਵੀ ਦੀ ਪੈਂਦੀ ਆ, ਇੱਕ ਦਿਨ ਨਤ ਟੀਵੀ ਅਨਮੋਲ ਦੀ ਪੈਂਦੀ ਆ, ਤੇ ਇਹ ਆ ਵੀ ਤੁਸੀਂ ਦੋਨੋਂ ਵੀਡੀਓ ਇੱਕ ਇੱਕ ਦਿਨ ਦੇਖ ਲਈ। ਨਾਲੇ ਫਿਰ ਇਦਾਂ ਹੋ ਜਾਂਦਾ ਨਾ ਕਿਸੇ ਵੇਲੇ ਕਿਸੇ ਨੂੰ ਕੋਈ ਕੰਮ ਹੁੰਦਾ ਵਾ, ਜਦੋਂ ਪਿਛਲੀ ਵੀਡੀਓ ਮਿਸ ਹੋ ਜਾਏ ਨਾ ਫਿਰ ਅਗਲੀ ਵੀ ਨਹੀਂ ਵੇਖਣ ਨੂੰ ਜੀ ਕਰਦਾ ਵੀ ਪਿੱਛੇ ਕੀ ਹੋਇਆ ਹੋਊਗਾ, ਇਸ ਕਰਕੇ ਅਸੀਂ ਉਸੇ ਰੂਟੀਨ ਨਾਲ ਪਾਇਆ ਕਰਾਂਗੇ ਤੇ ਬਸ ਤੁਸੀਂ ਦੱਸਿਓ ਕਿ ਕਿੱਦਾਂ ਦੀ ਲੱਗੀ, ਜੇ ਮਤਲਬ ਕੁਛ ਗਲਤ ਵੀ ਹੁੰਦਾ ਵਾ ਉਹਨੂੰ ਕਮੈਂਟ ਕਰਕੇ ਦੱਸੋ, ਪਰ ਪੋਜ਼ਿਟਿਵ ਤਰੀਕੇ ਨਾਲ ਜਿਵੇਂ ਤੁਸੀਂ ਕਰਦੇ ਹੁੰਦੇ ਹੋ। ਤੇ ਰੱਖੜੀ ਵਾਲੀ ਵੀਡੀਓ ਪਹਿਲਾ ਭਾਗ ਪੈ ਗਿਆ ਸੀਗਾ ਪਰਸੋਂ ਦਾ ਤੇ ਅੱਜ ਪੈਣਾ ਹੈ ਦੂਜਾ ਭਾਗ, ਉਹ ਸਾਰੇ ਜਿਹੜੇ ਜ਼ਰੂਰ ਦੇਖਿਓ ਤੇ ਸਾਨੂੰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ। ਤੇ ਠੀਕ ਹੈ ਜੀ, ਫਿਰ ਇਹਨਾਂ ਫਿਰ ਅੱਜ ਫਿਨਿਸ਼ ਕਰ ਲੈ ਕੇ ਜਾਣਾ ਵਾ ਪਰਸੋਂ, ਪਰਸੋਂ ਚੌਥ ਪਿੰਡੋਂ ਆਏ ਨਹੀਂ, ਪਿੰਡ ਹੋ ਸਕਦਾ ਅੱਜ ਆਪਾਂ ਜਾਈਏ ਤੇ ਬਾਕੀ ਵੇਖਦੇ ਹਾਂ ਹਿਸਾਬ ਤਾਂ ਲਾ ਕੇ। ਤੇ ਠੀਕ ਹੈ ਜੀ, ਹੁਣ ਮੈਂ ਚੱਲਿਆ ਗੱਡੀ ਸਰਵਿਸ ਕਰਾਉਣ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕੱਪੜੇ ਨਹੀਂ ਧੋਏ ਹੁਣ ਦੱਸੋ ਕੱਲੇ ਕਿਆ ਖਲੋਤੇ ਜੇ ਅੱਗੇ ਲੜਦਾ ਮੈਂ ਤੇਰੇ ਨਾਲ ਟਿੱਡਿਆ ਜਾ ਤੇਰੇ ਨਾਲ ਕਿੱਥੇ ਲੜਦਾ ਵਾ, ਮੰਮਾ ਮੇਰੇ ਨਾਲ ਲੜਦੇ ਆ, ਇਹਦੇ ਨਾਲ ਮੈਂ ਕਿੱਥੇ ਲੜਿਆ, ਤੂੰ ਪਹਿਲਾਂ ਮੈਨੂੰ ਇਹ ਦੱਸ ਤੂੰ ਮੇਰੀ ਟੀਮ 'ਚ ਕਿ ਮਾਮੀ ਦੀ ਟੀਮ 'ਚ। ਦੇਦਾ ਧੋਖਾ ਫਿਰ ਮੈਨੂੰ, ਕੋਈ ਗੱਲ ਨਹੀਂ ਵੀਰ, ਜਿਹੜਾ ਸ਼ੇਰ ਹੁੰਦਾ ਨਾ ਬਾਕੀ ਸਾਰਿਆਂ ਤੋਂ ਭਰੂ ਹੁੰਦਾ, ਠੀਕ ਹੈ ਨਾ, ਦੋ ਸ਼ੇਰ ਹੁੰਦੇ ਆ, ਦੋ ਸ਼ੇਰ ਹੀ ਹੁੰਦੇ ਆ, ਇੱਕ ਸ਼ੇਰ ਤੇ ਚੱਲਿਆ ਵਾ ਤੇ ਦੂਜਾ ਇੱਕ ਸ਼ੇਰ ਤੇ ਚੱਲਿਆ ਤੇ ਦੂਜਾ ਰਹਿ ਗਿਆ ਇਕੱਲਾ ਹੁਣ। ਇੱਧਰ ਗੱਲ ਸੁਣ, ਕੀ ਗੱਲ ਵਾ, ਚੱਲ ਚੰਗਾ ਫਿਰ ਡੈਡੀ ਆ ਗਏ, ਲੜਦਾ ਮੁੰਡਾ ਉਹ ਡੈਡੀ ਆ ਗਏ, ਕੀ ਚੱਲ ਚੰਗਾ ਫਿਰ ਮੈਂ ਕਰਾਵਾਂ ਸਰਵਿਸ ਗੱਡੀ ਦੀ, ਚੱਲ ਚੰਗਾ ਫਿਰ।